ਖਬਰ ਸੰਗਰੂਰ ਤੋਂ ਹੈ, ਜਿੱਥੇ ਦੇ ਤਿੜਵਾ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ, ਜਿਸ ਦੌਰਾਨ ਦੋ ਭੇਡਾਂ ਦੀ ਮੌਤ ਹੋ ਗਈ ਅਤੇ ਨਾਲ ਹੀ ਦੋ ਵਿਅਕਤੀ ਵੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਕਿ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਨੇ ਇਹ ਸੜਕ ਹਾਦਸੇ ਨੂੰ ਅੰਜਾਮ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਚਸ਼ਮਦੀਨਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਬੁਰੀ ਤਰ੍ਹਾਂ ਨਸ਼ੇ ਦੇ ਵਿੱਚ ਸੀ, ਜਿਸ ਨੇ ਸੜਕ 'ਤੇ ਇਸ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਹੈ। ਇਹ ਪਰਲੀ ਸ਼ਹਿਰ ਤੋਂ ਆਈ, ਉਹ ਕੱਟ ਲਵੋ, ਇੱਧਰੇ ਪਾਸੇ ਫੁੱਟਬਾਲ ਲਵੋ, ਆ ਕੇ ਮੈਂ ਉਹ ਉੱਥੇ ਖੜੇ ਹਾਂ, ਆ ਕੇ ਉਰੋਂ ਦੀ ਗੱਡੀ ਆਈ ਹੈ, ਮੈਂ ਭੱਜ ਕੇ ਪਰਾਂ ਹੋ ਗਿਆ, ਉਹ ਮੁੰਡੇ ਇੱਥੇ ਖੜੇ ਤੇ ਭੇਡਾ ਉਰੇ ਖੜੇ ਤੇ ਉੱਥੇ ਖੜੇ ਤੇ, ਆ ਕੇ ਉਹਨਾਂ ਦੇ ਵਿੱਚ ਮਾਰੀ ਜਦੋਂ, ਫਿਰ ਉਹ ਤਾਂ ਸਮੇਂ ਨਹੀਂ ਰੱਜਾ, ਜਦ ਫਿਰ ਪਾਠ ਚੜਕ ਟੱਪ ਗਈ। ਕੀ ਹਾਲਤ ਕੀ ਹੈ ਜੀ ਬੰਦੇ ਦੀ? ਹਾਲਤ ਚਿੱਟੇ ਨਾਲ ਰੱਜਿਆ ਪਿਆ ਜੀ, ਤੁਹਾਨੂੰ ਦਿੰਦੇ ਆ ਜੀ, ਖੜਿਆ ਵੀ ਨਹੀਂ ਜਾਂਦਾ, ਬੋਲਿਆ ਨਹੀਂ ਜਾਂਦਾ। ਤੁਸੀਂ ਕੀ ਕੰਮ ਕਰਦੇ ਹੋ? ਅਸੀਂ ਬੱਕਰੀਆਂ ਚਾਰਦੇ ਹਾਂ ਜੀ। ਕਿੰਨਾ ਨੁਕਸਾਨ ਹੋ ਗਿਆ? ਨੁਕਸਾਨ ਦੇਖ ਲਓ ਜੀ, ਆਹ ਤਿੰਨ ਮਰ ਗਈਆਂ ਜੀ, ਅਜੇ ਉਹ ਮੁੰਡਿਆਂ ਦਾ ਨਹੀਂ ਪਤਾ ਸੱਟ, ਉਹਨਾਂ ਦੇ ਜ਼ਿਆਦੇ ਇੱਕ ਦੇ ਤਾਂ ਜ਼ਿਆਦੇ ਆ। ਕੌਣ ਸੀ ਬੰਦੇ ਉਹ? ਉਹ ਆਪਣੇ ਦੀ ਦੀ ਵਾਲੀ, ਆਪਣੇ ਭਾਈ ਨੇ ਆਪਣੇ। ਸੱਟ ਲੱਗੀ ਉਹਨਾਂ ਦੀ? ਹਾਂ ਜੀ, ਸੱਟ ਖਾਸੀ ਆਈ ਜੀ। ਗੱਡੀ ਕਿੱਥੇ ਆ? ਗੱਡੀ ਉਹ ਪਰਲੇ ਪਾਸੇ ਟੱਪ ਗਈ ਜੀ। ਫੁੱਟ ਗਈ ਗੱਡੀ? ਹਾਂ ਜੀ, ਮੈਂ ਤਾਂ ਗਿਆ ਵੀ ਨਹੀਂ ਜੀ, ਫੁੱਟ ਹੀ ਹੋਊਗੀ, ਉੱਤੋਂ ਹੀ ਗਈ ਆ, ਜਦੋਂ ਫੁੱਟ ਨਹੀਂ ਆਉਂਦਾ। ਕੋਈ ਪੁਲਿਸ ਪ੍ਰਸ਼ਾਸਨ ਕੋਈ ਆਇਆ? ਨਾ ਜੀ, ਅੱਜ ਕੋਈ ਨਹੀਂ ਆਇਆ ਜੀ। ਘੰਟਾ ਹੋ ਗਿਆ ਜੀ ਪੂਰਾ? ਨਾ ਜੀ, ਕੋਈ ਨਾ, ਘੰਟਾ ਹੋ ਗਿਆ, ਪੁਲਿਸ ਹੀ ਵੜਦੇ ਦੇ, ਕੋਈ ਸਾਲ ਕੋਈ ਨਹੀਂ ਆਇਆ। ਘੰਟਾ ਹੋ ਗਿਆ ਜੀ, ਕੋਈ ਨਹੀਂ ਆਇਆ ਹਜੇ ਤੱਕ। ਕੀ ਮੰਗ ਕਰਦੇ ਤੁਸੀਂ? ਹੈ ਜੀ, ਮੰਗਤਾ ਜੀ, ਜਿਵੇਂ ਹੋਊਗਾ ਜੀ, ਭੈਣ ਭਾਈ ਦੇਖ ਲੈਣਗੇ ਵੀ ਕਿੰਨਾ ਕੁ ਨੁਕਸਾਨ ਆ, ਹੁਣ ਦੇਖ ਲਓ ਜੀ ਸਾਨੂੰ ਕਿਆ। ਅਸੀਂ ਇੱਥੇ ਪਾਤੜਾਂ ਦੇ। ਪਾਤੜਾਂ ਕੀ ਕੰਮ ਕਰਦੇ ਤੂੰ? ਮੈਂ ਖੇਤੀਬਾੜੀ। ਖੇਤੀਬਾੜੀ ਕਰ? ਨਸ਼ਾ ਕੀ ਕਰਿਆ ਹਜ਼ਰਾ? ਮੈਂ ਦਾਰੂ ਪੀਤੀ। ਨਹੀਂ, ਹੋਰ ਕੋਈ ਨਸ਼ਾ? ਕੋਈ ਗੋਲੀਆਂ? ਕੋਈ ਚਿੱਟਾ? ਨਾ। ਕਾਹਦੇ ਆ ਰਹੇ ਤੂੰ? ਗੱਡੀ। ਕਿੰਨਾ ਨੰਬਰ ਹੈ ਗੱਡੀ ਦਾ? ਗੱਡੀ ਨਾਮ ਨਵੀਂ ਗੱਡੀ ਲਈ ਕੱਲ ਨਹੀਂ ਜੀ। ਮੇਰੀ ਤੇਰੀ ਆਪਦੇ ਨਾਲ? ਹਾਂ। ਨੰਬਰ ਕਿੰਨਾ ਗੱਡੀ ਦਾ? ਗੱਡੀ ਗੱਡੀ ਨੰਬਰ ਮਿਲਿਆ ਕੱਲ ਹੀ ਲਈ ਹੈ ਜੀ। ਮੈਂ ਜੀ ਪਾਤਲਾਂ ਤੇ ਪਟਿਆਲੇ ਦੇ ਵਿਚਾਲੇ, ਪਾਤਲਾਂ ਤੇ ਦਰਬੇ ਦੇ ਵਿਚਾਲੇ। ਪਾਤਲਾਂ ਦੇ ਦਰਬੇ ਦੇ ਵਿਚਾਲੇ? ਹਾਂਜੀ। ਪਰ ਤੈਨੂੰ ਐ ਨੀ ਪਤਾ ਲੱਗਿਆ ਵੀ ਕਾਹ ਚ ਮਾਰੀ ਤਾਂ ਗੱਡੀ? ਨਹੀਂ। ਜ਼ਖਮੀ ਹੋ ਗਏ ਤੇਰੀ ਸਨਗੈਲੀ ਕਰਤੀ? ਉਹ ਚ ਕੋਈ ਦੋਸ਼ ਨੀ, ਮੈਂ ਕੋਈ ਉਹ ਚ ਉਹ ਨੀ ਹੈਗਾ ਜੀ, ਮੇਰੇ ਤੋਂ ਜਰੂਰ ਅੰਗੇਲੀ ਜਰੂਰੀ ਹੋਈ ਹੈ, ਪਰ ਮੈਂ ਮੇਰੇ ਨਾ ਭੀਂਡਾਂ 'ਚ ਮੈਂ ਚੜ੍ਹੀ ਜੀ, ਨਾ ਮੈਂ ਹੋਰ ਕਿਸੇ ਹੋਤੀ ਚੜ੍ਹੀ। ਗੱਡੀ ਫੁੱਟ ਗਈ ਤੇਰੀ ਸਾਰੀ? ਹਾਂ, ਗੱਡੀ ਫੁੱਟ ਗਈ ਜੀ। ਗੱਡੀ ਫੁੱਟੀ ਤਾਂ ਹੀ ਹੈ ਨਾ ਜੀ ਵਿੱਚ ਵੱਜੀ ਹੈ? ਉਹ ਜੀ ਇਹਨਾਂ ਨੇ ਮੈਨੂੰ ਇੰਡਸ ਬਦਲ ਕਰਿਆ ਤਾਂ ਮੇਰੀ ਗੱਡੀ ਪਹਿਲੇ ਪਾਸੇ ਗਈ ਜੀ। ਮੌਕੇ 'ਤੇ ਪਹੁੰਚੋਗੇ ਜੀ? ਅੱਜ ਅਸੀਂ ਸਾਨੂੰ ਮੁੱਖ ਮੰਤਰੀ ਨੇ ਫੋਨ ਕਰਿਆ ਵੀ ਕਾਕੂ ਵਾਲੇ ਦੇ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ, ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਹਾਂ। ਇੱਥੇ ਆ ਕੇ ਅਸੀਂ ਪਤਾ ਕਰਿਆ ਹੈਗਾ ਵੀ ਇੱਕ ਗੱਡੀ ਹੈ ਜਿਹੜੀ ਪਾਤਲਾ ਸਾਈਡ ਵੱਲੋਂ ਆ ਰਹੀ ਸੀਗੀ, ਇਹ ਡਰਾਈਵਰ ਵੱਲੋਂ ਬੇਕਾਬੂ ਹੋ ਗਈ, ਜਿਸ ਕਰਕੇ ਇਹ ਜਿਹੜੇ ਉੱਤੇ ਪਸ਼ੂ ਚਾਰ ਰਹੇ ਸੀਗੇ, ਜੇ ਗੱਡੀ ਨਾਲ ਫੇਟ ਲੱਗਣ ਨਾਲ ਦੋ ਭੇਡਾਂ ਦੀ ਮੌਤ ਹੋ ਗਈ ਹੈ, ਅਤੇ ਇਹਨਾਂ ਦੇ ਚਾਹ ਬਣਾਉਂਦੇ ਹੋਏ ਦੋ ਬੱਚੇ ਵੀ ਸੀਗੇ ਜਿਹੜੇ ਦੱਸ ਰਹੇ ਨੇ, ਇਹ ਉਹ ਇੰਜਰਡ ਹੋਏ ਨੇ, ਬਾਕੀ ਇਹਨਾਂ ਦੇ ਬਿਆਨ 'ਤੇ ਦੇਖਦੇ ਹਾਂ ਅਸੀਂ ਕੀ ਬਣਦਾ ਹੈ। ਉਹ ਫਿਰ ਜੇਰੇ ਇਲਾਜ ਨੇ ਇਸ ਟਾਈਮ? ਹਾਂ, ਉਹ ਜੇਰੇ ਇਲਾਜ ਨੇ, ਅਤੇ ਇਹ ਅਸੀਂ ਗੱਡੀ 'ਤੇ ਬੰਦਾ ਕਬਜ਼ੇ 'ਚ ਲੈ ਲਿਆ ਹੈ, ਤੇ ਅਸੀਂ ਉਹ ਦੇਖਦੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਜੀ ਤਰਤੀਸ ਹੋ ਗਈ ਉਸ ਵੱਲ। ਬੰਦਾ ਕਿੱਥੋਂ ਹੈਗਾ ਜੀ ਇਹ ਜਿਹੜਾ ਗੱਡੀ ਡਰਾਈਵਰ? ਇਹ ਦੱਸਣ ਮੁਤਾਬਕ ਪਾਤਲਾ ਸਾਈਡ ਵੱਲੋਂ ਆਇਆ ਸੀਗਾ,
ਲੇਕਿਨ ਇਹ ਭਟਾਲ ਕਲਾਂ ਦਾ ਬੰਦਾ ਦੱਸ ਰਹੇ ਨੇ। ਇਹ ਕੋਈ ਨਸ਼ੀਲੀ ਚੀਜ਼ ਕੋਈ ਖਾਈ ਹੋਈ ਹੈ, ਸ਼ਾਇਦ ਸ਼ਰਾਬ ਵਗੈਰਾ ਪੀਤੀ ਹੋਣੀ, ਚੀਜ਼ ਦਾ ਮੁਲਾਜ਼ਾ ਕਰਾਵਾਂਗੇ, ਦੇਖਦੇ ਹਾਂ ਕੀ।